ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਕਾਲ ਤਖ਼ਤ ਸਾਹਿਬ 'ਤੇ ਜੋ ਹਮਲਾ ਇੰਡੀਅਨ ਸਟੇਟ ਨੇ ਕੀਤਾ ਸੀ, ਉਹਦੀ 40ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ। ਸਾਡੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਗੁਰੂ 'ਤੇ ਭਰੋਸਾ ਕਰਕੇ ਇੱਕ ਪੂਰੀ ਇੰਡੀਅਨ ਸਟੇਟ ਦੇ ਸਾਹਮਣੇ ਡਟ ਕੇ ਜੰਗ ਲੜੀ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਧਰਮ ਯੁੱਧ ਮੋਰਚੇ ਦੀ ਅਗਵਾਈ ਕਰ ਰਹੇ ਸੀ, ਉਸ ਵੇਲੇ ਪੰਥ ਦਾ ਇਹ ਮੋਰਚਾ ਹਥਿਆਰਬੰਦ ਨਹੀਂ ਸੀਗਾ। ਉਸ ਵੇਲੇ ਵੀ ਇੱਕ ਸ਼ਾਂਤਮਈ ਪੰਜਾਬ ਦੇ ਮੁੱਦਿਆਂ 'ਤੇ ਮੋਰਚਾ ਲਾਇਆ ਗਿਆ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਗਈ ਸੀ। ਲੇਕਿਨ ਭਾਰਤ ਸਰਕਾਰ ਨੇ ਉਹਨੂੰ ਹਥਿਆਰਬੰਦ ਵਾਲੇ ਪਾਸੇ ਜਾਣ ਬੁੱਝ ਕੇ ਧੱਕ ਦਿੱਤਾ ਅਤੇ ਸੰਤ ਜਰਨੈਲ ਸਿੰਘ ਉਹਨਾਂ ਨੇ ਉਸ ਜੰਗ ਨੂੰ ਇੱਕ ਫਿਰ ਹਿੰਦ ਅਤੇ ਪੰਜਾਬ ਦੀ ਜੰਗ ਸਮਝ ਕੇ ਲੜਿਆ। ਸੰਤ ਜਰਨੈਲ ਸਿੰਘ ਹੁਣੀ ਮੌਜੂਦਾ ਸਮੇਂ ਦੇ ਵਿੱਚ ਕਹਿਣੀ ਅਤੇ ਕਰਨੀ ਦੇ ਵਿੱਚ ਪੂਰੇ ਪਰਪੱਕ ਸੀਗੇ। ਸੰਤਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਜਿਉਂਦੇ ਜੀ ਤੁਸੀਂ ਫੜ ਨਹੀਂ ਸਕਦੇ, ਅਤੇ ਉਹਨਾਂ ਨੇ ਸ਼ਹਾਦਤ ਦੇਣ ਦੀ ਗੱਲ ਕਰੀ ਸੀ ਅਤੇ ਉਹਨਾਂ ਨੇ ਸ਼ਹਾਦਤ ਦਿੱਤੀ। ਸੰਤ ਜਰਨੈਲ ਸਿੰਘ ਉਹਨਾਂ ਤੋਂ ਬਾਅਦ ਜਦੋਂ ਜੂਨ 1984 ਤੋਂ ਬਾਅਦ ਹਿੰਦ ਹਕੂਮਤ ਦੇ ਅਟੈਕ ਤੋਂ ਬਾਅਦ ਜਦੋਂ ਆਪਣੇ ਨੌਜਵਾਨਾਂ ਨੇ ਇੱਕ ਹਥਿਆਰਬੰਦ ਸੰਘਰਸ਼ ਲੜਿਆ, ਮੌਜੂਦਾ ਸਮੇਂ ਦੇ ਵਿੱਚ ਤੁਸੀਂ ਸੋਚ ਕੇ ਕਦੇ ਦੇਖਿਓ ਕਿ ਜੂਨ 1984 ਤੋਂ ਬਾਅਦ 1995 ਤੱਕ, ਜਦ ਤੱਕ ਭਾਈ ਗੁਰਜੰਟ ਸਿੰਘ ਉਹਨਾਂ ਦੀ ਸ਼ਹਾਦਤ ਨਹੀਂ ਹੋ ਗਈ, ਉਸ ਵੇਲੇ ਤੱਕ ਜਿਹੜਾ ਹਥਿਆਰਬੰਦ ਸੰਘਰਸ਼ ਪੰਥ ਨੇ ਲੜਿਆ, ਸਾਡੇ ਨੌਜਵਾਨ ਵੀਰਾਂ ਨੇ ਲੜਿਆ, ਉਹ ਅਸਲ ਦੇ ਵਿੱਚ ਪੰਜਾਬ ਦਾ ਸਿੱਖਾਂ ਦਾ ਸੁਨਹਿਰੀ ਦੌਰ ਸੀ, ਜਿਹਨੂੰ ਪੂਰੀ ਇੰਡੀਅਨ ਸਟੇਟ ਆਪਣੀਆਂ ਸਿੱਖ ਜਥੇਬੰਦੀਆਂ, ਆਪਣੀਆਂ ਸਿਆਸੀ ਜਥੇਬੰਦੀਆਂ ਜਿਹਨੂੰ ਕਾਲਾ ਦੌਰ ਦੱਸ ਰਹੀਆਂ ਨੇ, ਅਸਲ ਦੇ ਵਿੱਚ ਉਹ ਪੰਥ ਦਾ ਸੁਨਹਿਰੀ ਦੌਰ ਸੀ। ਜਿਹੜਾ ਕਾਲਾ ਦੌਰ ਹੈ ਉਹ ਅੱਜ ਹੈ। ਉਸ ਵੇਲੇ ਸਾਡੀਆਂ ਮਾਵਾਂ ਆਪਣੇ ਬੱਚਿਆਂ ਨੂੰ ਅਰਦਾਸ ਕਰਕੇ ਮੈਦਾਨੇ ਜੰਗ ਵਿੱਚ ਲੜਨ ਲਈ ਭੇਜ ਰਹੀਆਂ ਸੀ, ਸ਼ਹਾਦਤਾਂ ਹੋ ਰਹੀਆਂ ਸੀ, ਅਤੇ ਅੱਜ ਅਸੀਂ ਨਸ਼ੇ ਨਾਲ ਮਰ ਰਹੇ ਹਾਂ। ਪਿਛਲੇ ਦਿਨੀ ਚੋਣਾਂ ਹੋਈਆਂ ਨੇ, ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਸਾਡੀਆਂ ਉਹ ਮਾਵਾਂ ਪੋਲੀਟੀਸ਼ੀਅਨਾਂ ਦੇ ਸਾਹਮਣੇ ਲੇਲੜੀਆਂ ਕੱਢਦੀਆਂ ਸੀ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਓ, ਅਤੇ ਆਪਣੀ ਸਰਕਾਰ ਅਤੇ ਆਪਣੀਆਂ ਪੋਲੀਟੀਕਲ ਪਾਰਟੀਆਂ ਇਹਨੂੰ ਸੁਨਹਿਰਾ ਦੌਰ ਦੱਸਦੀਆਂ ਨੇ, ਉਹਨੂੰ ਕਾਲਾ ਦੌਰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਹ ਸੁਨਹਿਰੀ ਦੌਰ ਸੀ, ਸੁਣਿਆ ਸੀ ਕੋਈ ਗੈਂਗਸਟਰ, ਸੁਣਿਆ ਸੀ ਕਿਤੇ ਨਸ਼ਾ ਵਿਕਦਾ, ਕਿਸੇ ਦੀ ਧੀ ਭੈਣ ਨੂੰ ਕਿਸੇ ਨੇ ਛੱਡਿਆ ਹੋਵੇ, ਕਿਸੇ ਦੀਆਂ ਜ਼ਮੀਨਾਂ 'ਤੇ ਕਬਜ਼ੇ ਹੋਏ ਹੋਣ।
ਉਹ ਅਸਲ ਦੇ ਵਿੱਚ ਪੰਥ ਦਾ ਸੁਨਹਿਰੀ ਦੌਰ ਸੀ, ਉਹਨੂੰ ਜਾਣ ਬੁੱਝ ਕੇ ਅੱਜ ਉਹਦੇ ਉਸ ਦੌਰ ਨੂੰ ਜਾਣ ਬੁੱਝ ਕੇ ਇਤਿਹਾਸਕ ਨਾ ਹੋ ਸਕੇ, ਸੁਨਹਿਰੀ ਅੱਖਰਾਂ 'ਚ ਨਾ ਲਿਖਿਆ ਜਾ ਸਕੇ, ਬਹੁਤ ਚਾਲਾਂ ਚੱਲੀਆਂ ਜਾ ਰਹੀਆਂ ਨੇ ਔਰ ਜ਼ਿਆਦਾਤਰ ਆਪਣੇ ਬੰਦੇ ਉਹਦਾ ਹਿੱਸਾ ਬਣ ਜਾਂਦੇ ਨੇ। ਅੱਜ ਸਾਡੇ ਯੋਧੇ, ਸਾਡੇ ਜਰਨੈਲ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਥ ਲਈ, ਸੰਤ ਜਰਨੈਲ ਸਿੰਘ ਉਹਨਾਂ ਵੱਲੋਂ ਜਿਹੜਾ ਸੰਘਰਸ਼ ਆਰੰਭਿਆ ਗਿਆ ਸੀ ਉਹਦੇ ਲੇਖੇ ਲਾਤੀ। ਪਿਛਲੇ ਦਿਨੀ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦੀ ਸ਼ਹਾਦਤ ਹੋਈ ਅਤੇ ਉਹਨਾਂ 'ਤੇ ਕਿਹੋ ਜਿਹਾ ਕੁਛ ਬੋਲਿਆ ਗਿਆ, ਇਹ ਤਰਾਸਦੀ ਆ ਗੁਰੂ ਕੇ ਸਿੱਖੋ ਕਿ ਆਪਾਂ ਉਸ ਗੱਲ ਨੂੰ ਕਹਿੰਦੇ ਨਹੀਂ ਔਰ ਸੋਚਦੇ ਨਹੀਂ। ਸਾਰੀ ਉਮਰ ਆਪਣੀਆਂ ਸ਼ਹਾਦਤਾਂ ਦੇਤੀਆਂ ਅਤੇ ਉਸ ਦੌਰ ਨੂੰ ਅੱਜ ਜਿਹੜਾ ਹੈਗਾ ਮੌਜੂਦਾ ਸਮੇਂ ਦਾ ਦੌਰ ਉਹਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੰਤ ਜਰਨੈਲ ਸਿੰਘ ਉਹਨਾਂ ਵੱਲੋਂ ਜਿਹੜਾ ਸੰਘਰਸ਼ ਆਰੰਭਿਆ ਗਿਆ ਉਹਦੇ 'ਤੇ ਪਹਿਰਾ ਦੇਣਾ ਪਊਗਾ, ਉਹਦੇ 'ਤੇ ਡਟ ਕੇ ਖੜਨਾ ਪਊਗਾ। ਜਿੰਨਾ ਚਿਰ ਸਿੱਖ ਕੌਮ ਸੰਤਾਂ ਦਾ ਜਿਹੜਾ ਕਾਰਜ ਅਧੂਰਾ ਪੂਰਾ ਨਹੀਂ ਕਰ ਲੈਂਦੀ ਉਨਾ ਚਿਰ ਆਪਾਂ ਚੈਨ ਨਾ ਨਹੀਂ ਬੈਠ ਸਕਦੇ। ਆਪਾਂ ਨੂੰ ਆਪਣੇ ਕੌਮੀ ਘਰ ਵਾਸਤੇ ਜੇ ਇੰਨੀਆਂ ਸ਼ਹਾਦਤਾਂ ਦੇ ਕੇ ਅੱਜ ਛੱਡਣਾ ਹੀ ਆ ਉਹ ਸਾਰਾ ਕੁਛ, ਫਿਰ ਉਹਦਾ ਕੋਈ ਫਾਇਦਾ ਨਹੀਂ। ਫਿਰ ਉਹ ਸ਼ਹਾਦਤਾਂ ਸਾਡੇ ਜਿਹੜੀਆਂ ਐਡੀਆਂ ਵੱਡੀਆਂ ਸ਼ਹਾਦਤਾਂ ਹੋਈਆਂ, ਐਡਾ ਵੱਡਾ ਇਤਿਹਾਸ ਲਿਖਿਆ, ਅਤੇ ਉਹ ਫਿਰ ਆਪਾਂ ਉਹ ਤੋਂ ਮੁਨਕਰ ਹੋ ਜਾਵਾਂਗੇ ਸਾਰੇ। ਕਈ ਵੀਰ ਇਹ ਗੱਲ ਵੀ ਮੈਂ ਕਹਿੰਦੇ ਸੁਣੇ ਨੇ, ਚੰਗੇ ਭਲੇ ਬੰਦੇ, ਵਧੀਆ ਇਨਸਾਨ, ਕਿ ਯਾਰ ਉਹਦੇ 'ਚ ਆਪਾਂ ਕੀ ਖੱਟਿਆ ਕੀ ਆ, ਤੁਸੀਂ ਇਹ ਦੱਸੋ ਉਹਦੇ 'ਚ ਗਵਾਇਆ ਕੀ ਆ। ਸਾਰਾ ਕੁਛ ਖੱਟਿਆ ਹੀ ਆ, ਜਿਹੜਾ ਚੜ੍ਹ ਕੇ ਆਇਆ ਪੰਥ ਨੇ ਉਹਨੂੰ ਜਵਾਬ ਇਹ ਦੇਣਾ ਸੀ ਨਾ, ਹੋਰ ਕਿਤੇ ਹੋਰ ਕੀ ਕਰਨਾ ਹੁੰਦਾ। ਜੇ ਜਬਰ ਔਰ ਜ਼ੁਲਮ ਹੁੰਦਾ ਉਹਦੇ ਸਾਹਮਣੇ, ਦਸਮ ਪਾਤਸ਼ਾਹ ਕਹਿ ਕੇ ਗਏ ਨੇ ਉਹਦੇ ਸਾਹਮਣੇ ਡਟ ਕੇ ਖੜ੍ਹਨਾ ਹੁੰਦਾ। ਸਾਡੇ ਉਸ ਵੇਲੇ ਨੌਜਵਾਨ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ, ਡਟ ਕੇ ਖੜ੍ਹੇ, AK-47 ਲੈ ਕੇ ਮੈਦਾਨੇ ਜੰਗ ਵਿੱਚ ਆਏ, ਉਸ ਵੇਲੇ ਸਾਡੀਆਂ ਮਾਵਾਂ ਨੇ ਕੀਰਨੇ ਨਹੀਂ ਸੀ ਪਾਏ। ਉਸ ਵੇਲੇ ਸਾਡੀਆਂ ਮਾਵਾਂ ਮਾਣ ਮਹਿਸੂਸ ਕਰਦੀਆਂ ਸੀ ਕਿ ਸਾਡੇ ਪੁੱਤ ਮੈਦਾਨੇ ਜੰਗ ਵਿੱਚ ਸ਼ਹਾਦਤਾਂ ਦੇ ਰਹੇ ਨੇ, ਅਤੇ ਇੰਡੀਅਨ ਸਟੇਟ ਦੇ ਸਾਹਮਣੇ ਕਦੇ ਲੇਲੜੀਆਂ ਨਹੀਂ ਸੀ ਕੱਢੀਆਂ ਪੰਥ ਨੇ। ਹੁਣ ਤਾਂ ਆਪਾਂ ਇੰਡੀਅਨ ਸਟੇਟ ਜਿਵੇਂ ਝੁਕਾਉਂਦੀ ਆ ਝੁੱਕ ਜਾਂਦੇ ਹਾਂ ਨਾ, ਆਪਾਂ ਲੇਲੜੀਆਂ ਵੀ ਕੱਢਦੇ ਹਾਂ। ਅੱਜ ਤੱਕ ਜਦ ਤੋਂ ਸੰਤ ਜਰਨੈਲ ਸਿੰਘ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਆਜ਼ਾਦੀ ਦਾ, ਸ਼ਹਾਦਤਾਂ ਹੋਈਆਂ, ਤਸ਼ੱਦਦ ਹੋਇਆ, ਤਸ਼ੱਦਦ ਵੀ ਐਸਾ ਹੋਇਆ ਪੰਥ 'ਤੇ, ਨੌਜਵਾਨਾਂ 'ਤੇ, ਜਿਹੜਾ ਸੁਣਾਇਆ ਵੀ ਨਹੀਂ ਜਾ ਸਕਦਾ। ਮੌਜੂਦਾ ਸਮੇਂ 'ਚ ਤਾਂ ਕਿਸੇ 'ਤੇ ਥੱਪੜ ਵੀ ਨਹੀਂ ਵੱਜਿਆ ਯਾਰ, ਆਪਾਂ ਇਹਨੂੰ ਇਹ ਰੌਲਾ ਪਾਈ ਜਾਂਦੇ ਹਾਂ। ਜਿਹੜਾ ਤਸ਼ੱਦਦ ਸੀ, ਜਿਹੜਾ ਜਬਰ ਔਰ ਜ਼ੁਲਮ ਦਾ ਦੌਰ ਸੀ, ਮੌਜੂਦਾ ਸਮੇਂ 'ਚ ਨਹੀਂ ਉਹ ਹੋਇਆ। ਆਪਾਂ ਕਹੀ ਉਹਨੂੰ ਕੁਛ ਜਾਈਏ, ਅਸਲ ਜਿਹੜਾ ਉਹ ਦੌਰ ਹੈ, ਬੈਠੇ ਨੇ ਭਾਈ ਦਲਜੀਤ ਸਿੰਘ ਹੋਣੀ, ਇਹਨਾਂ ਨੇ ਦੇਖਿਆ, ਇਹਨਾਂ ਨੇ ਪਿੰਡੇ 'ਤੇ ਹੰਢਾਇਆ ਔਰ ਇੰਡੀਅਨ ਸਟੇਟ ਨੂੰ ਜਵਾਬ ਦਿੱਤਾ। ਉਸ ਵੇਲੇ ਜਦੋਂ ਭਾਈ ਹਰਜਿੰਦਰ ਸਿੰਘ ਜਿੰਦੇ ਹੋਣੀ, ਭਾਈ ਸੁਖਦੇਵ ਸਿੰਘ ਸੁੱਖੇ ਹੋਣੀ ਦਿੱਲੀ 'ਚ ਐਂਟਰ ਕਰਦੇ ਹੁੰਦੇ ਸੀ ਨਾ, ਸਾਰੀ ਦਿੱਲੀ ਬੰਦ ਹੋ ਜਾਂਦੀ ਸੀ, ਇੰਨਾ ਦਬਦਬਾ ਸੀ ਕੌਮ ਦਾ। ਹੁਣ ਤਾਂ ਪੰਥ ਸੰਘਰਸ਼ ਦੇ ਵਿੱਚ ਆ, ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ, ਇਕੱਠੇ ਹੋ ਕੇ ਜਿਹੜਾ ਕਾਰਜ ਅਧੂਰਾ, ਜਿਹੜਾ ਸੰਤ ਜਰਨੈਲ ਸਿੰਘ ਹੋਣੀ ਆਪਣੇ ਘਰ ਦਾ ਕਾਰਜ ਸ਼ੁਰੂ ਕਰਕੇ ਗਏ ਨੇ, ਉਹ ਆਪਾਂ ਨੂੰ ਪੂਰਾ ਕਰਨਾ ਪਊਗਾ, ਉਹਦੇ 'ਤੇ ਡਟ ਕੇ ਪਹਿਰਾ ਦੇਣਾ ਪਊ ਔਰ ਉਹਨਾਂ ਸਾਡੇ ਸ਼ਹੀਦਾਂ ਨੂੰ ਯਾਦ ਕਰਨਾ ਪਊਗਾ। ਸੰਤ ਜਰਨੈਲ ਸਿੰਘ ਹੋਣੀ ਮੌਜੂਦਾ ਸਮੇਂ ਦੇ ਸਭ ਤੋਂ ਵੱਡੇ ਜਰਨੈਲ ਨੇ,
ਜਿਨ੍ਹਾਂ ਨੇ ਇੰਡੀਅਨ ਸਟੇਟ ਦੇ ਸਾਹਮਣੇ ਤੋਪਾਂ ਟੈਂਕਾਂ ਪੂਰੀ ਦੀ ਪੂਰੀ ਇੰਡੀਅਨ ਸਟੇਟ ਦੇ ਸਾਹਮਣੇ ਹਿੱਕ ਡਾਹਤੀ। ਉਹ ਕਿਉਂ ਡਾਈ? ਕਿਉਂਕਿ ਸੰਤਾਂ ਨੂੰ ਗੁਰੂ 'ਤੇ ਭਰੋਸਾ ਸੀ। ਆਪਣੇ ਕੋਲ ਤਾਂ ਇੱਕ ਗੁਰੂ ਦਾ ਭਰੋਸਾ ਹੀ ਆ ਨਾ, ਹੋਰ ਤਾਂ ਕੁਛ ਨਹੀਂ ਹੈਗਾ। ਮੌਜੂਦਾ ਸਮੇਂ 'ਚ ਵੀ ਆਪਣੇ ਕੋਲ ਐਡਾ ਵੱਡਾ ਕੁਛ ਨਹੀਂ ਹੈਗਾ, ਜੰਗ ਤਾਂ ਹਥਿਆਰਾਂ ਨਾਲ ਹੁੰਦੀ ਆ। ਉਸ ਵੇਲੇ ਵੀ ਸੰਤਾਂ ਕੋਲ ਗੁਰੂ ਦਾ ਭਰੋਸਾ ਸੀ, ਸੰਤ ਨਾਮ ਸਿਮਰਨ ਕਰਦੇ ਸੀ, ਗੁਰੂ ਨੂੰ ਪੰਜਾਬ ਨੂੰ ਪੰਥ ਨੂੰ ਸਮਰਪਿਤ ਸੀ। ਔਰ ਉਹਨਾਂ 'ਤੇ ਪਹਿਰਾ ਦਿੰਦੇ ਹੀ ਸਾਡੇ ਖਾੜਕੂ ਸਿੰਘਾਂ ਨੇ ਜਿਹੜਾ ਇਤਿਹਾਸ ਲਿਖਿਆ, ਇੰਦਰਾ ਗਾਂਧੀ ਨੂੰ ਦਿੱਲੀ ਜਾ ਕੇ ਉਹਦੇ ਨਾਲ ਹਿਸਾਬ ਕਿਤਾਬ ਕੀਤਾ, ਸੁੱਖੇ ਜਿੰਦੇ ਉਹਨਾਂ ਨੇ ਜਨਰਲ ਬੈਦਿਆ ਨਾਲ ਕੀਤਾ, ਭਾਈ ਜਗਤਾਰ ਸਿੰਘ ਉਹਨਾਂ ਨੇ ਬੇਅੰਤ ਸਿੰਘ ਨਾਲ ਕੀਤਾ। ਛੱਡਿਆ ਕੋਈ ਨਹੀਂ, ਜੇ ਕੋਈ ਰਹਿ ਗਿਆ ਹੋਊਗਾ ਮਾੜਾ ਮੋਟਾ ਬਚ ਗਿਆ ਕੋਈ ਗੱਲ ਨਹੀਂ, ਐਡੀ ਬੜੀ ਜੰਗ 'ਚ ਹੋ ਜਾਂਦਾ ਹੁੰਦਾ। ਪਰ ਮੌਜੂਦਾ ਸਮੇਂ ਦੇ ਵਿੱਚ ਗੁਰੂ ਕੇ ਸਿੱਖੋ ਆਪਾਂ ਨੂੰ ਇਕੱਠੇ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ 'ਤੇ ਭਰੋਸਾ ਰੱਖ ਕੇ ਸੰਤ ਜਰਨੈਲ ਸਿੰਘ ਉਹਨਾਂ ਦਾ ਜਿਹੜਾ ਅਧੂਰਾ ਕਾਰਜ ਆ ਉਹਨੂੰ ਪੂਰਾ ਕਰਨ ਵਾਸਤੇ ਸੰਘਰਸ਼ ਕਰਨਾ ਪਊਗਾ। ਔਰ ਮੌਜੂਦਾ ਸਮੇਂ ਦੇ ਵਿੱਚ ਭਾਈ ਦਲਜੀਤ ਸਿੰਘ ਉਹਨਾਂ ਨੇ ਜਿਹੜਾ ਕਿਤਾਬਾਂ ਲਿਖੀਆਂ ਨੇ ਤੁਸੀਂ ਪੜ੍ਹ ਕੇ ਦੇਖੋ, ਮੌਜੂਦਾ ਸਮੇਂ ਦੇ ਮਜੋਰਟੀ ਜਿੰਨੇ ਨੌਜਵਾਨ ਤੁਰੇ ਫਿਰਦੇ ਨੇ ਬਹੁਤਿਆਂ ਨੂੰ ਨਹੀਂ ਪਤਾ ਉਸ ਸੰਘਰਸ਼ ਦਾ, ਉਹ ਸਿਰਫ ਫੇਸਬੁੱਕ ਉੱਤੇ ਹੀ ਗੱਲਾਂ ਨੇ। ਉਹ ਦੌਰ ਜਿਹਨੇ ਦੇਖਿਆ, ਜਿਹਨੇ ਪਿੰਡੇ 'ਤੇ ਹੰਡਾਇਆ, ਉਹੀ ਉਹਨੂੰ ਬਿਆਨ ਕਰ ਸਕਦਾ, ਹੋਰ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇਸ ਵਾਸਤੇ ਅੱਜ ਕੌਮ ਨੂੰ ਇਕੱਠੇ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ 'ਚ ਭਰੋਸਾ ਪ੍ਰਗਟ ਕਰਕੇ ਗੁਰੂ ਦੇ ਲੜ ਲੱਗ ਕੇ ਆਪਾਂ ਉਹ ਜਿਹੜਾ ਕੌਮੀ ਕਾਰਜ ਆਪਣਾ ਅਧੂਰਾ ਉਹਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਸੰਘਰਸ਼ ਵਿੱਢਣਾ ਪਊਗਾ। ਜਿਹੋ ਜਿਹਾ ਵੀ ਸਮੇਂ ਦੇ ਲਿਹਾਜ਼ ਨਾਲ ਸੰਘਰਸ਼ ਚੱਲੂਗਾ ਉਹਦੇ ਵਿੱਚ ਆਪਾਂ ਆਪਣਾ ਪੂਰਾ ਤਨ ਮਨ ਧਨ ਨਾਲ ਯੋਗਦਾਨ ਪਾਈਏ। ਐਵੇਂ ਨਾ ਗੱਲਾਂ 'ਚ ਆ ਕੇ ਆ ਫੇਸਬੁੱਕ 'ਤੇ ਤਾਂ ਕੁਛ ਹੋਰ ਹੀ ਚੱਲਿਆ ਪਿਆ, ਉਹ ਟਿੱਕਾਂ ਜੀਆਂ ਲੈਣ ਵਾਸਤੇ ਹੀ ਪੰਥ ਹੋਰ ਪਾਸੇ ਨੂੰ ਤੁਰਿਆ ਫਿਰਦਾ, ਜਿਹਦਾ ਕੋਈ ਸੰਬੰਧ ਹੀ ਨਹੀਂ ਫੇਸਬੁੱਕ ਦਾ ਪੰਥ ਨਾਲ ਸੰਘਰਸ਼ਾਂ ਨਾਲ ਕੋਈ ਸੰਬੰਧ ਨਹੀਂ। ਜੰਗ ਮੈਦਾਨ 'ਤੇ ਹੁੰਦੀ ਹੁੰਦੀ ਆ ਅਤੇ ਲੜਨੀ ਵੀ ਮੈਦਾਨ 'ਤੇ ਹੀ ਪੈਂਦੀ ਆ। ਲੜੀ ਆ ਸਾਡੇ ਖਾੜਕੂ ਸਿੰਘਾਂ ਨੇ, ਇਹ ਨਹੀਂ ਵੀ ਲੜੀ ਨਹੀਂ, ਲੜ ਕੇ ਦਿਖਾਇਆ ਦੁਨੀਆ ਨੂੰ। ਅਤੇ ਪਰ ਇੱਕ ਗੱਲ ਯਾਦ ਰੱਖਿਓ, ਅੱਜ ਪੰਥ ਭਾਵੇਂ ਲੱਖ ਔਕੜਾਂ ਨੇ ਲੱਖ ਦੁਸ਼ਵਾਰੀਆਂ ਨੇ, ਪਰ ਆਉਣ ਵਾਲਾ ਭਵਿੱਖ ਖਾਲਸਾ ਪੰਥ ਦਾ, ਦਸਮ ਪਾਤਸ਼ਾਹ ਦੇ ਪੁੱਤਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।